ਸਤਿ ਸ਼੍ਰੀ ਅਕਾਲ ਜੀ। ਆ ਗਏ ਭਾਈ ਆਪਣੇ ਨਿਮਾਣਾ ਵਾਲੇ ਬੂਟਿਆਂ ਕਿੰਨੀ ਅੱਜ ਐ ਸਿਰੇ। ਹੁਣ ਅਸੀਂ ਅੱਜ ਆਏ ਆ ਜਦੇ ਧਾਨ ਲਾਉਣ ਲੱਗੇ ਆ, ਜਦਾਂ ਵਾਹਿਆ ਖੇਤ ਮੰਨ ਕੇ ਜਿਹੜਾ ਕਣਕ ਦੇ ਬਾਅਦ ਟਿੰਡਾ ਉੱਥੇ ਕਹੀ ਜਾਂਦਾ ਮੂਹਰੇ ਬੂਟੇ ਮਾੜੇ ਆ ਬੂਟੇ ਮਾੜੇ ਆ ਉੱਥੇ ਵਾਹ ਕਹੀ ਆ। ਮੈਂ ਬਾਹਾਂ ਪਾਈ ਝੋਟਾ ਲੱਗਦਾ ਤਾਂ ਤੋੜੀ ਗਿਆ, ਉਹਨੂੰ ਜਿੰਨਾ ਰੋਗ ਉਨਾ ਜ਼ਿਆਦਾ ਹੁੰਦਾ ਤਾ ਉੱਥੇ ਤਾਂ ਬਣਨਾ ਉਹਨੇ ਇੱਥੇ ਨੂੰ ਤੋੜਨੇ ਲੱਗ ਜਾਣਾ। ਹੁਣ ਇੱਧਰ ਬੂਟਾ ਦੇਖ ਲਾ ਤੈਨੂੰ ਅੱਗੇ ਕਿਹਾ ਜਾ, ਦੇਖਤਾ ਉੱਪਰ ਛੋਏ ਪਏ ਆ ਤੀਜੇ ਸਾਲ ਚ ਜਾ। पहले साल बूटा लग गया, दूए साल च लगे फिर नहीं बूटा दूआ रल दिंदा जोर ला ला चाहे है शौरा है दूआ कहा लग जाता बेचारे घुट रखता फिर बचाले ਇਹਨੂੰ ਕਿੱਥੇ ਹਿੱਲਣ ਦਿੰਦਾ। ਬੂਟੇ ਦੋ ਟੁੱਟ ਗਏ ਆਪਣੇ, ਅੱਧ ਵਿਚਾਲੇ ਤੇ ਟੁੱਟੇ ਆ ਹਨੇਰੀ ਨਾਲ, ਹਵਾ ਪੈਂਦੀ ਆ ਨਾ ਝੜੀ ਚ, ਝੜੀ ਜੀ ਜਿੱਥੇ ਹਵਾ ਵੱਜ ਗਈ ਉੱਥੇ ਕੰਮ ਕਰ ਦਿੰਦੀ ਆ ਇਹ। ਬੂਟੇ ਤਾਂ ਇੱਧਰ ਵੀ ਆਏ ਵਾਂ ਦੇਖ ਵਿੱਚ ਸਾਰਿਆਂ ਦੇ ਟੁੱਟੇ ਪਏ ਆ, ਸਾਰਿਆਂ ਦੇ ਟੁੱਟੇ ਪਏ ਆ, ਕਿੰਨੇ ਛੋਟੇ ਛੋਟੇ ਵਿੱਚ ਖੜੇ ਆ ਜਿਹੜੀ ਆ ਲਹਿਰ ਬਾਅਦ ਵਾਲ ਆਈ ਦੀ ਨੇ ਦੂਏ ਸਾਲ ਨੂੰ ਆ ਇਹਨਾਂ ਦੇ ਪਟਾ ਤੇ ਤੇ ਇਹ ਵੀ ਆ ਪਟਾ ਆ ਪਟਾ ਸਾਲ ਪਹਿਲਾਂ ਲੱਗੇ ਤੇ ਇਹ ਦੋ ਸਾਲ ਪਹਿਲਾਂ ਲੱਗੇ ਤੇ ਲੈ ਹੁਣੀ ਪਟਾਏ ਨਾ ਜੋਰੇ ਲਾ ਕੇ, ਬਾਕੀ ਦੇਖਦੇ ਆਪਾਂ ਨੂੰ ਕਿੰਨੇ ਕੁ ਹੱਥ ਰੰਗਦੇ ਆ ਇਹ ਸਾਲ ਡੇਢ ਸਾਲ ਤੱਕ ਕਿਆ ਕੁਛ ਦਿੰਦੇ ਆ। ਭਾਅ ਭਰਾ ਭਾਈ ਇਹਦਾ ਰੇਟ ਭਰਾ ਜੇ ਭਾਅ ਰਹੇਗਾ ਤਾਂ ਠੀਕ ਹੈ ਰੇਟ, ਨਹੀਂ ਹੁਣ ਆਖਦਾ ਬੂਟਾ ਉਬਰ ਚ ਦੇਖ ਲਾ ਵੀ ਉਬਰ ਚ, ਉਹ ਵੀ ਉਬਰ ਚ, ਉਹ ਵੀ ਉਬਰ ਚ, ਸਾਰੀ ਉਬਰ ਚ, ਆ ਵੀ ਉਬਰ ਚ ਹੈ ਵਿੱਚ ਇਹਦਾ ਮੋਟਾ ਬੂਟਾ ਸਾਰਾ ਉਬਰ ਚ ਹੋਇਆ ਬੈਦਲੇ ਬਾਹਰ ਰੇਟ ਲਵਾ ਲਾ ਹੈ ਲਵਾਉਣਾ ਨਹੀਂ ਹਲੇ ਰੇਟ ਲਵਾਉਣਾ ਜਦੇ ਜਾਂ ਪਟਾਉਣੇ ਬੂਟੇ ਉਬਰ ਹੋ ਗਏ ਫਿਰ ਲਵਾ ਦੇ ਰੇਟ ਹਲੇ ਨਹੀਂ ਲਵਾਉਣਾ, ਉਹ ਵੀ ਦੇਖਣੇ ਜਿਹੜੇ ਮੂਰੇ ਮਾੜੇ ਇੱਧਰ ਵਿੱਚ ਟੰਗਦੇ ਸਾਰੇ ਬਾਅਦ ਚ ਪੜਾਏ ਦਾ ਕੱਟ ਲਾ ਦੇ ਬਾਪੂ ਨੂੰ ਹਾਂ ਵੀ ਰੇਟ ਲਵਾ ਕੇ ਦੇਖ ਲਵੇ ਕਿੰਨੇ ਕਦੇ ਇੱਕ ਵਾਰ ਪੱਧਰ ਤੇ ਪਾ ਕੇ ਮੈਂ ਤੈਨੂੰ ਉਹੀ ਕਹਿੰਦਾ ਰੇਟ ਲਵਾ ਦਾ ਇੱਕ ਵਾਰ ਜਦੋਂ ਲੱਗਦਾ ਸਹੀ ਆ ਬੂਟੇ ਲਾ ਦੇਵੇ ਦਾ ਬੂਟੇ ਲਾ ਦੇ ਇਕੱਠੇ ਹੁਣ ਤੇਰਾ ਕੋਈ ਬੜਾ ਕੋਈ ਛੋਟਾ ਸਮਝ ਆਉਣੀ ਤੈਨੂੰ ਜੇ ਰੇਟ ਚੰਗਾ ਮਿਲ ਦੇਵੇ ਵਧੀਆ ਨੇ ਰੇਟ ਜਿਹੜਾ ਠੀਕ ਮਿਲਦਾ ਤੇਰੇ ਬੂਟੇ ਆ ਓਵਰ ਆ ਇਹਨੇ ਖੜ ਰਹੀ ਆ ਹੁਣ ਆਹੋ ਛੋਟੇ ਮੋਟੇ ਤੇ ਨਾਲ ਹੋਏ ਨੇ ਤੇਰੇ ਪੂਰੇ ਆ ਤਾਂ ਹੁਣ ਮੈਂ ਬੜੀ ਗੱਲ ਸੁਣਦਾ ਦੇਖਾ ਪੱਟਣੇ ਵਾਲੇ ਆ ਹੁਣ ਆ ਪੱਟਣੇ ਵਾਲੇ ਆ ਇੱਕ ਨਾ ਵਿੱਚ ਵਿੱਚ ਕੋਈ ਬੂਟਾ ਇੱਕ ਨਾ ਲੱਗਾ ਉਹ ਤਾਂ ਹੋਣਾ ਨਹੀਂ ਇਹਨਾਂ ਦੇ ਇੱਥੇ ਆ ਨਾ ਕੀ ਗੱਲ ਤੂੰ 2 ਸਾਲ ਘਟਾ ਲਾ ਬੂਟੇ ਹੋਰ ਓਵਰ ਨੇ ਤਾਂ ਓਵਰ ਹੋ ਗਿਆ ਹਾਂ ਛੋਟੇ ਨੇ ਚੱਲਣਾ ਹੈ ਨਹੀਂ ਹਾਂ ਤੂੰ ਮੈਂ ਤਾਂ ਕਹਿੰਦਾ ਰੇਟ ਲਵਾ ਲਾ ਹਾਂ ਜੈ ਰੇਟ ਕੇ ਪਟਾ ਤੇਰੇ 2 ਸਾਲ ਵੀ ਹੋਣੇ ਆ 2 ਸਾਲ ਚ ਦੁਬਾਰਾ ਬੂਟੇ ਲਾ ਦੇ ਬੂਟਾ ਕਿੱਥੇ ਹੋਣਾ 2 ਸਾਲ ਚ ਇਹ ਜੇ ਫੇਰ ਹੋਣੇ 2 ਸਾਲ ਨੂੰ ਆਏ ਤਾਂ ਫਿਰ ਗੰਨਾ ਵੀ ਹੋ ਜਾਣਾ ਹਾਂ ਫਿਰ ਗੰਨਾ ਵੀ ਹੋਣਾ ਨੇ ਬੂਟਾ ਲੱਗ ਜਾਣਾ ਅਰ ਤੇਰਾ ਇੱਕ ਵਾਰ ਬੂਟੇ ਪਟਾ ਕੇ ਫਸਲਾਂ ਵੀ ਹੋਣੀਆਂ 2 ਦੇਖ ਲਈ ਦੇਖ ਦੇਖ ਲਈਏ ਹੈ ਮੈਂ ਤਾਂ ਕਹਿੰਦਾ ਪਟਾ ਨਹੀਂ ਲਵਾ ਕੇ ਦੇਖ ਲਈਦੇ ਅਜੇ ਤਾਂ ਉਹ ਨਹੀਂ ਉਹ ਨਹੀਂ ਇਹ 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 ਆ ਕਿਸੇ ਲੋਟਮਾ ਨਹੀਂ ਹੈ ਤੇਰੇ ਬਬੂਲਰ ਚੱਕਰ ਤਾਂ ਹਾ ਦੁਆਰੇ ਨਵੇਂ ਸਿਰ ਬੂਟਾ ਆ ਹੁਣ ਜਿਹੜਾ ਹੁਣ ਆ ਹੈ ਇੱਕ ਨਹੀਂ ਆ ਇਹਨੇ ਇੱਕ ਨਹੀਂ ਰਹਿਣਾ ਇਹਨਾਂ ਨਹੀਂ ਹੁਣ ਹੈਗਾ ਹੁਣ ਇਹ 70 ਕ ਬੂਟਾ ਦਾ ਗੇੜ ਹੋਊਗਾ ਇਹ ਇਹਦੇ ਰੇੜਾ ਓਵਰ ਆਈ ਨੇ ਇਹਦੀ ਖਰਾ ਖਾਣੀ ਖਾਣੀ ਹੁਣ ਬੂਟਾ ਲੱਗਿਆ ਵੇ ਤਾਂ ਮੈਂ 550 ਦਾ ਗੇੜ ਪਟਾ ਦੇ 70 ਬੂਟਾ ਇਹਦੇ ਕੱਢ ਦੇਗੇ ਮੈਂ 70-80 ਹੈ ਨਾ ਜਿਹੜਾ ਇਹਨੇ ਮੋਟਾ ਚੱਲਣਾ ਨਹੀਂ ਇੱਥੇ ਰਹਿਣਾ ਉਹੀ ਕਹਿੰਦਾ 10-20 ਹਜ਼ਾਰ ਇਹਦੇ ਤੋਂ ਕੋਈ ਉਹ ਨਹੀਂ ਹੈਗਾ ਹੈ ਹੋਏ ਵੇ ਆ ਤੇਰੇ 2 ਸਾਲ ਵੀ ਸੇਵ ਨੇ ਉਹ ਵੀ ਦੇਖ ਉਹ ਵੀ ਹੈਗੀ ਆ ਆਪਣੇ ਲੈਣਾ ਤੂੰ 5 ਸਾਲ ਪਟਾਉਂਗਾ ਤੈਨੂੰ ਕਿੰਨਾ ਫਰਕ ਪੈਣਾ 20-20 ਹਜ਼ਾਰ ਦਾ ਪੈਣਾ ਫਰਕ 5 ਲੈਣਾ ਲੱਗਿਆ 2 ਸਾਲ ਦੇ ਬੁੱਢੇ ਹੋਣੇ ਹੋਰ 5 ਲੈਣਾ ਲੱਗਿਆ ਵੇਖੀ ਆ ਆ ਰੇਟ ਦਾ ਨਹੀਂ ਪਤਾ 2 ਸਾਲ ਨੂੰ ਲਿਆ ਦੀ ਲਵਾਈ ਆ ਹੁਣ ਰੇਟ ਵੀ ਠੀਕ ਆ ਰੇਟ ਤਾਂ ਵਧੀਆ 2 ਸਾਲ ਨੂੰ ਪਤਾ ਰੇਟ ਕਿੱਥੇ ਆਊਗਾ ਹੁਣ ਤੂੰ ਪਟਾ ਮੇਰੇ ਸਾਹਮਣੇ ਤੈਨੂੰ ਖੜੇ ਬਹੁਤ ਓਵਰ ਦੇ ਖੜੇ ਵਿੱਚ ਤੋਂ ਦੇਖ ਲਈ ਝੁੱਟੀ ਇਹਨੂੰ ਬੂਟੇ ਨੂੰ ਪਟਾ ਇਹਨੂੰ ਖੇਤ ਨੂੰ ਬਾ ਕੇ ਦੁਬਾਰਾ ਰੇਰੂ ਪਾ ਕੇ ਵਧੀਆ ਬਣਾ ਫੇਰ ਤੋਂ ਗੰਨਾ ਬੀਜ ਹਾਂ ਫੇਰ ਲਾ ਬੂਲਰ ਦੁਬਾਰਾ ਚੱਲ ਦੇਖਦੇ ਰੇਟ ਲੱਗ ਗਿਆ ਪਟਾ ਦੇ ਸਾਹਮਣੇ ਤਾਂ ਖੇਤ ਦਾ ਬਿੱਲ ਇਹਨੂੰ ਢੇੜ ਦੇ ਅੱਜ ਤਾਂ ਰੇ ਪਾਉਣਾ ਇਹ ਤੇ ਫਟੇਰਾ ਚਾ ਫਟੇਰਾ ਤਾਂ ਪਾਉਣੀ ਵਾ ਹੁਣ ਫਟੇਰਾ ਤਾਂ ਆਇਆ ਫਟੇਰਾ ਜੇ ਹੁਣ ਪੈ ਗਈ ਆਪਣੀ ਚੱਲ ਸਾਨੂੰ ਹੁਣ ਆਏ ਵੀ ਨਹੀਂ ਅਸੀਂ ਵੇਚਣੇ ਪਰੇ ਖੜੇ ਇਹਨੂੰ ਵੇਚ ਹੀ ਦੇਣਾ ਸੀ ਇਹ ਵੀ ਗੱਲ ਨਹੀਂ ਸਾਡੇ ਕਿਹੜੇ ਕੋਲ ਉਹ ਆ ਵੀ ਹੁਣ ਥੋੜੀ ਘੰਟਾ ਮੈਂ ਗੁੱਠੜੀ ਜੜੀ ਵੀ ਆ ਜੇ ਹੁਣ 2 ਸਾਲ ਖੜ ਕੇ ਰੇਟ ਵੀ ਵਧਣਾ ਹੀ ਆਏ ਤਾਂ ਮੋਟੇ ਵੀ ਹੋਣੇ ਹੀ ਆ ਜਿਹੜੇ ਹੋਣਗੇ ਮਾੜੇ ਮੋਟੇ ਰੇ ਪਾਉਣਾ ਰੇ ਤਾਂ ਪਾਉਣਾ ਇਹਦਾ ਜਵਾਬ ਨਹੀਂ ਹੈਗਾ ਪਰ ਮੈਂ ਕਹਿੰਦਾ ਇੱਕ ਵਾਰ ਉਹਨੂੰ ਬੁਲਾ ਕੇ ਰੇਟ ਲਵਾ ਲਾ ਦੇਖ ਲੈਂਦੇ ਤੇ ਦਿਮਾਗ 'ਚ ਗੱਲ ਜੀ ਬਾਬਾ ਹੋ ਜੂਗੀ ਐਂਟਰ ਵੀ ਭਾਈ ਇੰਨਾ ਕੁ ਰੇਟ ਆ ਮੇਰਾ ਹਾਂ ਵੀ 2 ਸਾਲ ਤੱਕ ਕਿੰਨਾ ਹੋਊਗਾ ਉਹ 20-20 ਹਜ਼ਾਰ ਫਰਕ ਹੁੰਦਾ ਪਟਾ ਕੇ ਬੰਦ ਕਰ ਜਗਦੀਪ ਨੇ ਪਟਾਇਆ ਸਮਝਦਾ ਗੱਲ ਨੂੰ ਜਗਦੀਪ ਨੂੰ ਲਿਆਉਂਗਾ 100 ਬੂਟਾ ਜਗਦੀਪ ਨੇ ਪਟਾਇਆ 100 ਹਾਂ ਕਿਹਾ ਜਦਾ ਕਹਿੰਦਾ 1,95,000 ਦਾ ਕਿੰਨੇ ਦਾ 1,95 ਦਾ 100 ਬੂਟਾ ਇਹੋ ਜਿਹਾ ਬੂਟਾ ਹੈਗਾ ਇਹੋ ਜਿਹਾ ਹੈ ਨਹੀਂ ਵਿੱਚ ਮਾੜਾ ਵੀ ਖਾ ਲੈਂਦੇ ਉਹਨੂੰ ਆਪਣੇ ਓਵਰ ਬੂਟੇ ਗਿਣ ਲਾ ਸਾਰੇ ਤੂੰ ਆਹੋ ਉਹਦਾ ਸਾਮਾਨ ਰੇਟ ਲੱਗਣਾ ਤੇਰਾ ਠੀਕ ਹੈ ਤੇਰਾ ਐਸਟੀਮੇਟ ਮੰਗੇ ਨਾ ਮੇਰੇ ਓਵਰ ਬੂਟੇ ਇੰਨੇ ਮੇਰੇ ਭਾਈ ਲਵਾਈ ਬਹੁਤ ਦਿੰਦੇ ਗੱਗੇ ਲਵਾਈ ਤਾਂ ਹੈਗੀ ਬਥੇਰੀ ਲਵਾਈ ਬਹੁਤ ਆ ਬੂਟੇ ਦੀ ਉਹ ਮੈਂ ਵੀ ਆਇਓ ਕਹਿੰਦਾ ਤੈਨੂੰ ਮੈਂ ਇਹਨੂੰ ਬੂਟਿਆਂ ਨੂੰ ਵੇਚ ਕੇ ਨਾ ਇੱਕ ਜੇ ਲੱਗ ਜੂਗੀ ਸਾਰੇ ਇਹਨਾਂ ਬੂਟਾ ਲਵਾ ਲਵਾ ਜੂਗੀ ਤੇਰੇ ਹੁਣੇ ਨਹੀਂ ਜਿਹੜੇ ਆ ਜਿਹੜਾ ਬੂਟੇ ਆ ਖੜੇ ਆ ਨਾ ਇਹਨੇ ਤੂੰ 2 ਸਾਲ ਵੀ ਇੱਥੇ ਹੀ ਹੋਣਾ ਕਿਉਂਕਿ ਇਹਦੀ ਖਰਾਕ ਬੜਾ ਬੂਟਾ ਖਾਂਦਾ ਹੁਣ ਮੈਂ ਆਏ ਕਹਿੰਦਾ ਵੀ ਇਹ ਬੂਟੇ ਪੱਟੂਣੇ ਆ ਵੀ ਜਦ ਪਟਾਵਾ ਫਿਰ ਇਹਨੇ ਕਿਸੇ ਪਰ ਤੂੰ ਖੜਾ ਹੈ ਨਾ ਪਟਾਏ ਸਾਲ ਆਪਣੇ ਉਹ ਲੈਣ ਦੱਬ ਲੈਣੀ ਨੇ ਨਾ ਕਿਸੇ ਪਰ ਤੂੰ ਖੜਾ ਫਿਰ ਹੁਣ ਤਾਂ ਔਖਾ ਹੀ ਬਈਦਾ ਹੈ ਚੱਕਰ ਪਤਾ ਕਿ ਛੋਰਾ ਦੱਬਦਾ ਤੂੰ ਹੀ ਲੈਣ ਨੂੰ
अटके ला ली पूलर पटा के गन्ना बीज अगले साल अटके पूलर बीज उन्हें पटा पटा देने फिर उन्होंने दब लेने लगे इसको किसी नहीं फिर उसके बराबर आ जाना साल खंड एक गल है जो हूं पटा कोई गवर्नमेंट का रेट तो है नहीं फिक्स है भाई 2000 2 बंदे चाहिए फीता कोल चाहिए फीता मारी जा उदे मैं एक लाइन बना ला अंडर सोकते दी एक बना ला इदी ओवर दी इन्ने ओवर अंडर सोकता इन्ने फिर गैस लगना इदा समझ गए बूटा तो बथेरा खड़ा हुण बूटा बथेरा खड़ा हां गल है लोटा लख डेढ़ लख दा गंदा हो जाणा नाले बूटे फिर सारे एक पद्धर ते हो जाणे बूटे फायदा हुण देख हुण तू कहंदा भी उना दा शौरा आ जाणा लाऊंगा जे हां जे रखाऊंगा फिर इना शौरा आ जाणा जेड़े हुण लाए उने हां है ना यही फर्क पैना जिधर मर्जी रख ला जिधर मर्जी आ जा एक अद्धी रह खराब होनी तेरी चाहे इधर चाहे उधर चाहे इधर चले यार फिर तेरे जो होनी पटा दे पटा के इनू आ गन्ना ला हूं गन्ना होए ना नाले बिच बुल्ले ठोक दे ठीक है लोटा एकदम होनी च कोई फसल नहीं होनी है होनी च हुण तीन दिन दिखाऊंगा मैं दो फसल होनी तेरी कल तीन दिन नु ले आऊंगा जे हुण आ गया फोन करके देख ला उनू कह मार नहीं का सौदे जा होए नाल तब दे रोड पर यार पटाई नु भी ता सौखा पूरी तेन सामने बूटे लगे वे लैन ओ ज्यादा तकड़ी है एक पत्थर खड़े आ ਆ ਬਟੇਰਾ ਪਾਉਂਦੇ ਆ ਇਹਨੇ ਨਾ ਪਾਣੀ ਚੂਸਦੀ ਥੱਲੇ ਤੇ ਹੁਣ ਚੂਸਣਾ ਨਹੀਂ ਬੂਟੇ ਨੇ ਫੁੱਲ ਪਾਣੀ ਚੂਸਣਾ
तीन साल हो गए जिथे कीड़ा लग गया उसे पानी निकल आ जाना आया तेन खावा बूटे ता ही टूटे पे बूटे कीड़ा लगे टूटे हम टाइम जो हम बूटे पटाते अपनी ਛਿੱਟੀ ਕਰ ਲਈ ਬੁੱਕ ਟਾਈਮ ਨਾਲ ਵਧੀਆ ਵੈਰਾਈਟੀ ਲਾਈ ਆ ਵੈਰਾਈਟੀ ਪੈਣੀ ਕਿਹੜੀ ਮਿਕਸ ਜੀ ਲਈ ਫਿਰਦਾ ਜਿਹੜੀ ਪ੍ਰਸਾਦਮਾ ਛਕਾਈ ਕਰਾਉਂਦੇ ਉਹ ਵੀ ਗਲਤ ਹੈ ਜਿਹੜੀ ਆਪਾਂ ਕਹਿੰਦੇ ਛਾਂਗ ਦੋ ਖੇਤ ਖਾਲੀ ਹੈ ਇਹ ਵੀ ਗਲਤ ਹੈ ਅਸਲੀ ਛਕਾਈ ਇਹਦੀ ਜਾਂ ਪੱਤਾ ਝੜ ਗਿਆ ਫੇਰ ਛਕਾਈ ਇਹਦੀ ਪੱਕਿਆ ਵਾ ਹੁੰਦਾ ਫਿਰ ਬੂਟਾ ਹੁਣ ਇਸ ਟਾਈਮ ਦੇ ਇਹ ਟਾਈਮ ਤਾਂ ਛਕਾਈ ਹੋਣੀ ਆਹ ਦੇਖ ਉੱਥੇ ਨਾ ਜਿੱਥੇ ਪਾਣੀ ਨਿਕਲਦਾ ਉੱਥੇ ਕੀੜਾ ਆ ਮੈਨੂੰ ठीक है मैं तो ठीक कर दूंगा झड़ी देख तू झड़ी इधर नु मार देगा पुराने साहब बाबा यार्ड भैया यार्ड ओ है जंगल जंगल ए भाई के ਪ੍ਰਾਣੀ ਕਹਾਂਗੇ ਵੀ ਆਜ਼ਾਦ ਬਈਆ ਬਾਣ ਚੀ ਕਰਾਇਆ ਜਾਂਦਾ ਤਾਂ ਉਹ ਬਾਈ ਆਜ਼ਾਦ ਬਈਆ ਬਾਣ ਦਾ ਉਹ ਆਲ ਇੱਧਰ ਮਰਜੀ ਕੈਮਰਾ ਮਾਰ ਲੈ ਜਿਹੜਾ ਜਿਹਨੂੰ ਆਲੂ ਮਾਰੂਗਾ ਉਹਨੂੰ ਆਲੂ ਬਣਾਉਂਗਾ ਇੱਧਰ ਪੂਲਰ ਵਾਲੇ ਨੂੰ ਪੂਲਰ ਬਣਾਉਂਗਾ ਪੂਲਰ ਮਾਰੂਗਾ ਜਿਹਨੂੰ ਪੂਲਰ ਬਣਾਉਂਗਾ ਪੂਲਰ ਬਣਾਉਂਗਾ ਇਹ ਛੱਡਦੇ ਨਹੀਂ ਬੁੱਟਾ ਤੈਨੂੰ ਪੂਲਰ ਕਹਿੰਦੇ ਆ ਵੀ ਕੁੱਤ ਨੂੰ ਬੜਾ ਦਮਾ ਤੂੰ ਮੰਨ ਮੰਨਦਾ ਨਹੀਂ ਹੈਗਾ ਅੱਛਾ ਬੜਾ ਦਿੰਦੇ ਆ ਮੰਨ ਲਾ ਗੱਲ ਕਾ ਕੇ ਦੇਖਦੇ ਆ ਹੁਣ ਹਾਂ ਬੜਾ ਕੇ ਪਾਸੇ ਕਰ ਇਹਨੂੰ ਉਹ ਸਲਾਹ ਤਾਂ ਠੀਕ ਆ ਜੀ ਤੂੰ ਮੰਨ ਕੇ ਚੱਲ ਵੀ 1.5 ਲੱਖ ਰੁਪਏ ਦਾ ਗੰਨਾ ਕਿਤੇ ਨਹੀਂ ਗਿਆ ਹੈ ਜੇ ਆਪਾਂ ਮੋਟਾ ਹਿਸਾਬ ਲਾਈਏ ਉਹਦਾ ਭਲਾ ਹੋ ਜਾਣਾ ਇਹ ਬੂਟਾ ਪੂਰਾ ਚੱਲ ਪਣਾ 2 ਸਾਲ ਹੈ ਨਾ ਬੂਟਾ ਚੱਲੂਗਾ ਇਹਨਾਂ ਕੰਮ ਦਾ ਗੰਨੇ ਵਾ ਆ ਵੀ ਗੰਨੇ ਜੇ ਤੇ ਇਹ ਤਾਂ ਸਾਡੇ ਥੋੜਾ ਝੋਟਾ ਥੋੜਾ ਜਿਹਾ ਧੋਖਾ ਦੇ ਗਿਆ ਇਹਨੇ ਝੋਟੇ ਨੇ ਕੰਮ ਖਰਾਬ ਕਰਿਆ ਸਾਡਾ ਝੋਟੇ ਨੇ ਖਬਰ ਮੁੱਲੇ ਬਟਾ ਦੇਣਾ ਰੇਟ ਬਹੁਤ ਹੈ ਆਹੋ ਕੀ ਪਤਾ ਕਹਿੰਦੇ ਝੋਟਾ ਫਸਲ ਵਾਲੇ ਲੇਟ ਜਿਵੇਂ ਤਾਂ ਵੀ ਫੁੱਲ ਰੇਟ ਝਾੜ ਪੂਰਾ ਨਿਕਲਦਾ ਹੈ ਹੁਣ ਝੋਟੇ ਨੇ ਥੋੜੇ ਖਬਰ ਫੁੱਲ ਰੇਟ ਲੱਗ ਜਿਵੇਂ ਵੀ ਨਹੀਂ ਪਤਾ ਹੈ ਕਿ ਨਹੀਂ ਤਾਂ ਹੀ ਤਾਂ ਕਹਿੰਦਾ ਦੇਵਤਾ ਹੁੰਦਾ ਇਹ ਹਾਂ ਵੀ ਉਹ ਦੇਵਤੇ ਦੀ ਗੱਲ ਮੰਨ ਹੁਣ ਦੇਵਤਾ ਕਹਿੰਦਾ ਬਟਾ ਹੋਣੀ ਨੂੰ ਮੇਰਾ ਉਹਦੇ ਬਟਾ ਦੀ ਹੈ ਉਹਦਾ ਗੇੜਾ ਮਾਰਿਆ ਉਹ ਨਾ ਕਾ ਖਰਾਬ ਨਾ ਕਰ ਠੀਕ ਹੈ ਉਹਦਾ ਕਹਿੰਦਾ ਹੋਰ ਲਾ ਦੁਬਾਰਾ ਗੇੜਾ ਮਾਰਾਂ ਮੈਂ ਨਾ ਨਾ ਠੀਕ ਹੈ ਸਾਡੇ ਧੰਨਾ ਵਾ ਦੋ ਜਗ੍ਹਾ ਲਿਟ ਗਿਆ ਉਹ ਮੈਂ ਇਹਨੂੰ ਲਿਟ ਲੈਂਦੇ ਹੁਣ ਜਿੰਨਾ ਲਿਟਦਾ ਮੈਂ ਡੱਕੇ ਵੀ ਨਹੀਂ ਲਾਏ ਚਾਰ ਜਗ੍ਹਾ ਲਿਟ ਗਿਆ ਚਾਰ ਲਿਟ ਗਿਆ ਮੈਂ ਲਿਟਣ ਦੇ ਇਹਨੂੰ ਇਹ ਦੁਬਾਰੀ ਦੇ ਖਤਰੇ ਆ ਹੁਣ ਚਾਰ ਗੁਣਾ ਫਿਰ ਲਾਉਂਗਾ ਮੁਨਾਫਾ ਤੂੰ ਮਹਾਰਾਜ ਨੇ ਦੇਣਾ ਉਹਦਾ ਹੋਰ ਪਾਸੇ ਦੇ ਦੇ ਦੇਣਾ ਮਹਾਰਾਜ ਨੇ ਹੈ ਕਿ ਨਹੀਂ ਮੇਰੇ ਖੇਤੋਂ ਹੀ ਝੋਟਾ ਮੜ ਯਾਰ पर कदे असीं देखा भी ट्राले खाली गए होवे बूटे हो जाने हद प्याजार का फायदा हो जाऊगा हद ठीक है ना तू देख हो पटा के प्याजा का घाटा खा ला गन्ना किन्ने निकलना देख ली उते पूरे तो फेर लाने 2 साल का फायदा पूरे च पटाके ना कर दो ट्रैक्टर टायर होर ले अपना होर काम पर ला लो टायर तो चल जा हुण आए दा लोट आ गया काम बापू देने थे मैं पैसे परची दे काले नु दा पता भी बापू दे पैसे देने भी बापू ने परची दी सिटी भी है ओ कद्दा कहंदा ए ट्रैक्टर पर लवाण नु ओ एसी वाला काम जे ओ नहीं लवाना भाई इनु मर जा कंट्रोल रखी हुन ना ना ए नहीं लवाना है फड़ के रखी मर जा पैसे आके ना ना ए ओ नहीं लवाना है इन्नी किन्ने कि साला इथे मरबे है जमीना दे दिखाऊंगा मैं बड़ी ना तू सौदा होण दे ना ले नहीं नहीं तगे होर काम कर अज भाई इधर मुंह कर अपने बयान नोट करा करा बयान नोट ਲੀਵਰ ਕਰ ਲਵਾਂ ਫਿਰ ਕਰਨਾ ਠੀਕ ਨੀ ਗੱਲ
मेरी गल सुन ला, इनू कहना भी कैबन नहीं लाना है भाई। व्यापारी भी आ गया। हेलो गगे, इनू मैं इन्नी छूट दित्ती दी है भी कैबन नहीं लाना हुण, ठीक नहीं गल। इन्हों ने छोटा जा ट्रैक्टर देख ली, वो वधिया है, छोटे काम खातर वो लोट है। और तुसी मेरे को जमा करा दियो, तुसी मेरे को सेव करा दियो पैसे, इन्ने ज्यादा हो गए जी। और क्या, एफडी करा दियो मेरे पास। और क्या, अज रेह पाया बेच दो ठेकेदार मिलन लगता ना बिचे एहजिया करके उबर उबर पा के अंडर च लिया उधर बूटा बहुत मोटा पाले सिरे पहले ठेके रेट लो कि मेरे लाग दर्शन भाई ने बेचे नहीं है, रास्ते करके पट हो गए, कि खराब करता बंदा बूटा ला बेच यार। हां जी हां, नुकसान होता है, नुकसान ही करता भाई। इधर आही लगता जी, पर बूटा बहुत तगड़ा पारली साइड में। हां उधर बूटा ठीक है, मैं इधर ना बूटे ठीक है, ओरेंज नीचे ओवर हैगे ऐसा बूटे है, ठीक है सामने वाला बूटा भाई। देखो ओरे मतलब काटा उधर ज्यादा दोबारा बूटे लगे हुए पूरे। मैं उही कहंदा भाई भी जे सड़ा रेट लगदा होऊगा बेच के नवे से ला दूंगा, नाल 1.5 लाख रुपया गन्ना हो जाना तुम्हारे, गन्ना हो जाना बीच बूटे लग जाना, फिर हो जाना फसल। ओही 1.5 लाख रुपया अपना साल तक बदल रहा है, जेड़ा जीड़ ताली है ना इको ही नु बीमारी आ गई, पाटण लग गए बूटे। ओही होया बग्गे होया भाई, बा बीच मानदे नहीं गल नु। मैं क्या भी ना फिर तो पटा ए वैरायटी चेंज करो नाल, वधिया चीज लाओ है, ठीक है ना। और तीन दिन दे बूटे आए, केड़ी बैटी तेरी लगी वे 109 वा ओ दे लगा ये बीज दे नाल 35 40 बूटे भी, ओ पूरे ओ भी तगड़े सारे। बीमारी आ गई, जे ओ बीमारी दी लपेट च आ गया फिर खतम कहानी। फिर कीड़ा जा पैंदा पट जांदा भाई बूटा, बूटा पट जांदा बूटा पटदा जी, ताली खड़ा वजन बहुत दिंदा है भाई। हाँ बंदे ने फोवा के बुलाया देख ला घर ते उपर ते सूझबान नहीं है। बूटे देखो जी चारे
ਇਹਨਾਂ ਨੇ ਇੱਥੇ ਹੀ ਰਹਿਣਾ, ਇਹਨਾਂ ਨੇ ਬਦਲਣਾ ਨੀ, ਜਿਹੜਾ ਮਰਜੀ ਸੂਝਵਾਨ ਲਿਆਉਣ ਅਗਲੇ ਨੇ ਕਹਿਣਾ ਇਹ ਪਟਾ ਦੋ ਨਵੇਂ ਸਿਰੇ ਤੇ, ਇਹ ਚਾਰ ਵੀ ਚੱਲੂਗੇ ਤਾਂ ਸਹੀ ਬਰਾਬਰ ਇਕੱਠੇ ਦਾ ਚੱਲੂਗੇ, ਇਹਨਾਂ ਨੇ ਚੱਲਣਾ ਹੀ ਨੀ ਬੂਟਿਆਂ ਨੇ, ਹੁਣ ਇੱਕ ਨੂੰ ਪੋਲੀਓ ਹੋਇਆ ਵਾ ਇੱਕ ਠੀਕ ਹੋਵੇ ਕਿਤੇ ਗੇੜੇ ਬਣਨੇ ਬਾਈ ਹੈ ਕਿ ਨਹੀਂ, ਹੁਣ ਇਹ ਖੜ ਗਿਆ ਬੂਟਾ ਜਿੱਥੇ ਖੜ ਗਿਆ ਤਾਂ ਇਹਨੇ ਤੇ ਇੱਕ ਇਹੋ ਜਿਹੀ ਲਾਈ ਤੇ ਮੈਂ ਤਾਂ ਆਰਾਮ ਨਾਲ ਦੇਖਦੇ ਨੇ ਇਹਨਾਂ ਨੂੰ ਮੋਟੇ ਮੋਟੇ ਪੱਟ ਕੇ ਕੋਈ ਹੋਰ ਰਾਜ ਕੱਢ ਲਿਓ, ਮੈਂ ਤਾਂ ਹੀ ਕਹਿੰਦਾ ਬਸ ਕਰੋ ਹੁਣ ਹੋਰ ਰਾਜ ਕੱਢ ਲਿਓ ਪੁਰਾਣਾ। ਚਲੋ ਠੀਕ ਹੈ ਜੀ, ਬਾਕੀ ਕੱਲ ਦਾ ਵਲੌਗ ਦੇਖਿਓ, ਉਹ ਚ ਦੰਦੇ ਆਪੇ ਟਕਲੀ।